ਸਤਿ ਸ਼੍ਰੀ ਅਕਾਲ ਜੀ ਪੰਜਾਬ ਬੋਲ ਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ ਦੋਸਤੋ ਲਗਾਤਾਰ ਪੰਜਾਬ ਬੋਲ ਦਾ ذریعے ਹਰ ਇੱਕ ਪੱਖ ਦਾ ਹੋਇਆ ਮੁੱਸਬਲਾ ਚੱਕਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਵੀ ਪੰਜਾਬ ਦੇ ਵਿੱਚ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੋ ਸਾਨੂੰ ਸੋਚਣ ਸਮਝਣ ਦੇ ਲਈ ਮਜਬੂਰ ਕਰਦੀਆਂ ਨੇ ਕਿ ਆਖਿਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਅਸੀਂ ਆਪਣੇ ਆਪ ਦਾ ਕਤਲ ਕਰ ਰਹੇ ਆ ਤੇ ਆਪ ਵੀ ਆਪਣੇ ਆਪ ਨੂੰ ਕਤਲ ਕਰ ਰਹੇ ਆ ਖਦ ਕੁਸ਼ੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਪੰਜਾਬੀਆਂ ਦੀ ਸੋਚ ਕਿੱਧਰ ਨੂੰ ਜਾ ਰਹੀ ਹੈ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਕਿਉਂਕਿ ਪੰਜਾਬੀ ਖੁੱਲੇ ਡੁੱਲੇ ਸੁਭਾਅ ਦੇ ਮੰਨੇ ਜਾਂਦੇ ਨੇ ਪੰਜਾਬ ਦੇ ਵਸਿੰਦੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਰੁੱਝ ਜਾਣ ਆਪਣਿਆਂ ਦਾ ਕਤਲ ਕਰਨਾ ਸ਼ੁਰੂ ਕਰ ਦਣ ਘਰਾਂ ਦੇ ਵਿੱਚ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਸਵਾਲ ਪੁੱਛਣੇ ਲਾਜ਼ਮੀ ਹੁੰਦੇ ਨੇ ਤੇ ਅੱਜ ਪੰਜਾਬ ਦੀ ਜਨਤਾ ਦੇ ਕੋਲੋਂ ਇਹੀ ਸਵਾਲ ਪੁੱਛਾਂਗੇ ਕਿ ਖੁਦਕੁਸ਼ੀਆਂ ਦੇ ਮਾਮਲੇ ਕਿਉਂ ਵਧ ਰਹੇ ਨੇ ਅਸੀਂ ਆਪਣੇ ਆ ਦੇ ਕਤਲ ਕਿਉਂ ਕਰ ਰਹੇ ਹਾਂ ਤਾਜ਼ਾ ਮਾਮਲਾ ਮਲੇਰ ਕੋਟਲਾ ਦੇ ਵਿੱਚ ਵਾਪਰਿਆ ਜਿੱਥੇ ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਤੇ ਬੱਚੇ ਦਾ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਹੈ ਉਹ ਆਪ ਦਾ ਵੀ ਕਤਲ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਬੱਚਾ ਹੈ ਜਿਹੜਾ ਉਹ ਗੰਭੀਰ ਰੂਪ ਦੇ ਵਿੱਚ ਜਿਹੜਾ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈਗਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪਰ ਸਵਾਲ ਇਹ ਹੈਗਾ ਕਿ ਅਜਹੀਆਂ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ ਸਾਡੀ ਮਾਨਸਿਕਤਾ ਜਾ ਕਿੱਦੋਂ ਰਹੀ ਹੈ ਅਸੀਂ ਖੁਦ ਨੂੰ ਤਾਂ ਪੜੇ ਲਿਖੇ ਕਹਾਉਂਦੇ ਆਂ ਵੱਡੀਆਂ ਵੱਡੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਪਰ ਕੀ ਇਸ ਦੇ ਪਿੱਛੇ ਪੈਸਾ ਸਾਰਾ ਕੁਝ ਹੈਗਾ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੰਨੇ ਰੁੱਝ ਚੁੱਕੇ ਆਂ ਕਿ ਇੱਕੋ ਕਮਰੇ ਦੇ ਵਿੱਚ ਬੈਠ ਕੇ ਅਸੀਂ ਇਕੱਠੇ ਨਹੀਂ ਹੋ ਸਕਦੇ ਇੱਕ ਪਰਿਵਾਰ ਫੇਸਬੁੱਕ ਟਵਿੱਟਰ ਦੇ ਉੱਤੇ ਤਾਂ ਇਕੱਠਾ ਦਿਖਦਾ ਹੈ ਪਰ ਜਦੋਂ ਅਸੀਂ ਉਹਨਾਂ ਦੇ ਘਰੇਲੂ ਜੀਵਨ ਦੇ ਵਿੱਚ ਝਾਤ ਮਾਰਦੇ ਹਾਂ ਤਾਂ ਉਹ ਵੱਖੋ-ਵੱਖ ਕਿਉਂ ਨਜ਼ਰ ਆ ਰਹੇ ਐ ਕੀ ਇਹਦੇ ਪਿੱਛੇ ਇਹ ਕਾਰਨ ਤਾਂ ਨਹੀਂ ਕੁਝ ਨੌਜਵਾਨ ਮੌਜੂਦ ਨੇ ਕਿਉਂਕਿ ਨੌਜਵਾਨ ਵੀ ਕਾਫੀ ਜਿਹੜੇ ਹਰ ਇੱਕ ਮਸਲੇ ਨੂੰ ਗੰਭੀਰਤਾ ਦੇ ਨਾਲ ਜਾਣਦੇ ਨੇ ਤੇ ਇਹੀ ਅੱਜ ਸਵਾਲ ਇਹਨਾਂ ਦੇ ਕੋਲੋਂ ਵੀ ਪੁੱਛਾਂਗੇ ਕਿ ਪੰਜਾਬ ਦੇ ਲੋਕ ਕਿੱਧਰ ਨੂੰ ਜਾ ਰਹੇ ਨੇ ਮਾਨਸਿਕਤਾ ਕਿੱਧਰ ਨੂੰ ਜਾ ਰਹੀ ਹੈ ਮਨੋਵਿਗਿਆਨਿਕ ਸੋਚ ਦੇ مالک ਅੱਜ ਲੋਕ ਹੈ ਕਿੱਧਰ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਹਰਬਾਜ਼ ਸਿੱਧੂ ਅੱਛਾ ਹਰ ਬਾਸ ਸਵਾਲ ਹੈਗਾ ਹੈ ਕਿ ਪੰਜਾਬ ਦੇ ਲੋਕ ਖਾਸ ਕਰਕੇ ਨੌਜਵਾਨ ਪੀੜ੍ਹੀ ਲਗਾਤਾਰ ਖੁਦਕੁਸ਼ੀ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਚਾਹੇ ਮਲੇਰ ਕੋਟਲਾ ਦਾ ਮਾਮਲਾ ਹੋਵੇ ਜਾਂ ਇਸ ਤੋਂ ਪਹਿਲਾਂ ਦੇ ਕਿੰਨੇ ਹੀ ਮਾਮਲੇ ਤੁਹਾਨੂੰ ਕੀ ਲੱਗਦਾ ਹੈ ਕਿ ਮਾਨਸਿਕਤਾ ਲੋਕਾਂ ਦੀ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਹੈਗੇ ਨੇ ਬਿਲਕੁਲ ਸਰ ਅੱਜ ਦੇ ਟਾਈਮ 'ਚ ਜੋ ਹੋ ਰਿਹਾ ਹੈਗਾ ਇਹ ਅਸੀਂ ਆਪਾਂ ਨਿਊਜ਼ 'ਚ ਦੇਖ ਰਹੇ ਹਾਂ ਡੇਲੀ ਹੀ ਨਵੀਆਂ ਘਟਨਾਵਾਂ ਆ ਰਹੀਆਂ ਨੇ ਤੇ ਬਹੁਤ ਬੁਰਾ ਲੱਗਦਾ ਹੈ ਨਿਊਜ਼ ਦੇਖ ਕੇ ਕਿ ਅੱਜ ਦੇ ਨੌਜਵਾਨ ਆਪਣੇ ਪੰਜਾਬ ਦੇ ਕੀ ਖੁਦਕੁਸ਼ੀਆਂ ਤੇ ਨਸ਼ੇ ਜੋ ਵੀ ਕੁਝ ਚੱਲ ਰਿਹਾ ਹੈ ਬੇਸਿਕਲੀ ਗੱਲ ਇਦਾਂ ਹੈ ਕਿ ਅੱਜ ਕੱਲ ਇਨਟੋਲਰੈਂਸ ਜਿਹੜੀ ਚੱਲ ਰਹੀ ਹੈਗੀ ਹੈ ਲੋਕੀ ਕਾਫੀ ਸਿਆਸਤੀ ਲੋਕਾਂ ਨਾਲ ਬਿਊਰੋਕਰੇਟਸ ਨਾਲ ਸਰਕਾਰ ਨਾਲ ਜੋ ਇੱਕ ਆਮ ਇਨਸਾਨ ਆਪਣੀ ਜ਼ਿੰਦਗੀ ਵਿੱਚ ਜੋ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਉਹ ਚੀਜ਼ ਹਾਸਿਲ ਨਹੀਂ ਕਰ ਪਾਉਂਦਾ ਉਹਦੇ ਕਰਕੇ ਹੀ ਘਰ ਦੇ ਵਿੱਚ ਘਰੇਲੂ ਝਗੜੇ ਹੁੰਦੇ ਨੇ ਕਿਉਂਕਿ ਇੱਕ ਆਮ ਇਨਸਾਨ ਐਕਸਪੈਕਟ ਕਰਦਾ ਹੈ ਕਿ ਉਹ ਆਪ ਦਾ ਪੜੇ ਲਿਖੇ ਤੇ ਕਿ ਉਹਨੂੰ ਚੰਗੀ ਨੌਕਰੀ ਮਿਲੇ ਤੇ ਅਨਇਮਪਲੋਇਮੈਂਟ ਵੀ ਇਸ ਚੀਜ਼ ਦਾ ਬਹੁਤ ਵੱਡਾ ਹਿੱਸਾ ਹੈਗਾ ਜੋ ਵੀ ਖੁਦਖੁਸ਼ੀਆਂ ਜਾਂ ਫਿਰ ਜਿੰਨੇ ਵੀ ਕਰੇਲੂ ਤੇ ਅੱਜਕੱਲ ਦੇ ਜੋ ਆਪਣਾ ਕਲਚਰ ਚੱਲ ਰਿਹਾ ਐ ਐਂਟਰਟੇਨਮੈਂਟ ਇੰਡਸਟਰੀ ਮੂਵੀਜ਼ ਵਿੱਚ ਜਿਵੇਂ ਦਿਖਾਇਆ ਜਾਂਦਾ ਲੜਾਈ ਹੋ ਰਹੀ ਐ ਜੋ ਵੀ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਇਹ ਇੱਕ ਬੱਬਲ ਕ੍ਰੀਏਟ ਕਰਦੀਆਂ ਕਿ ਆਪਣਾ ਯੂਥ ਇੱਕ ਸਹੀ ਪਾਸ ਤੇ ਨਹੀਂ ਚੱਲ ਪਾ ਰਿਹਾ ਤੇ ਇਹ ਉਹੀ ਰੀਜ਼ਨ ਹੈਗਾ ਕਿ ਜੋ ਵੀ ਅੱਜਕੱਲ ਸੋਸਾਇਟੀਸ ਐਂਡ ఎవਰੀਥਿੰਗ ਜੋ ਵੀ ਹੋ ਰਿਹਾ ਹੈ ਜੋ ਇਨਸਾਨ ਨੂੰ ਜੈਕਸਪੈਕਟੇਸ਼ਨਸ ਹੈ ਉਹ ਦੀ ਐਕਸਪੈਕਟੇਸ਼ਨਸ ਰੀਚ ਨਹੀਂ ਕਰਨਾ ਪਾ ਰਿਹਾ ਇਸ ਮਾਮਲੇ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਖੁਦਕੁਸ਼ੀਆਂ ਕੀਤੀਆਂ ਜਾਂਦੀਆਂ ਨੇ ਖੁਦਕੁਸ਼ੀ ਦਾ ਕੋਈ ਕਾਰਨ ਹੋ ਸਕਦਾ ਹੈ ਉਹ ਉਸ ਪਛੋਕੜ ਦੇ ਵਿੱਚ ਨਹੀਂ ਜਾਵਾਂਗੇ ਪਰ ਖੁਦਕੁਸ਼ੀ ਦੇ ਵੇਲੇ ਜਦੋਂ ਇੱਕ ਪਰਿਵਾਰ ਦਾ ਇੱਕ ਜੀ ਆਪਣੇ ਕਿੰਨੇ ਹੀ ਜਿਹੜੇ ਜੀ ਹੈਗੇ ਨੇ ਆਪਣੇ ਬੱਚਿਆਂ ਤੱਕ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਲੱਗਦਾ ਹੈ ਕਿ ਆਪਣੇ ਬੱਚੇ ਦੇ ਨਾਲ ਜਿੰਨਾ ਪਰਿਵਾਰ ਦੇ ਜਾਂ ਫਾਦਰ ਦਾ ਜਾਂ ਮਾਤਾ ਦਾ ਮੋਹ ਹੁੰਦਾ ਉਸ ਦੇ باوجود ਇਹ ਕਤਲ ਕਰਨਾ ਇਹਦੇ ਪਿੱਛੇ ਕੀ ਕਾਰਨ ਮਾਦੇ ਕਿਉਂਕਿ ਭਾਵਨਾਵਾਂ ਹੁੰਦੀਆਂ ਨੇ ਪਿਆਰ ਹੁੰਦਾ ਹੈ ਉਸ ਪਿਆਰ ਤੋਂ ਬਾਅਦ ਵੀ ਕਤਲ ਹੋਣਾ ਇੱਕ ਵੱਡਾ ਸਵਾਲ ਹੈਗਾ ਸਰ ਜਿਹੜਾ ਕਤਲ ਹੁੰਦਾ ਹੈ ਜਾਂ ਐਵੇਂ ਦੀ ਕੋਈ ਵਾਰਦਾਤ ਹੁੰਦੀ ਹੈ ਜੀ ਉਹਦੇ ਚ ਜਿਵੇਂ ਕਿ ਮੇਰੇ ਬ੍ਰਦਰ ਨੇ ਦੱਸਿਆ ਕਿ ਗੁੱਸਾ ਸਿਰਫ ਇੱਕ ਜਾਂ ਦੋ ਮਿੰਟ ਦਾ ਹੁੰਦਾ ਹੈ ਗੁੱਸਾ ਕੁਝ ਵੀ ਹੋ ਸਕਦਾ ਉਹਨਾਂ ਦੇ ਆਫਿਸ ਦਾ ਗੁੱਸਾ ਹੋ ਸਕਦਾ ਜਾਂ ਕੁਝ ਹੋਰ ਵੀ ਗੁੱਸਾ ਹੋ ਸਕਦਾ ਪਰਸਨਲ ਡਿਪੈਂਡਿੰਗ ਔਨ ਦੀ ਪਰਸਨ ਟੂ ਪਰਸਨ ਤੇ ਸਰ ਜੇ ਉਹ ਕੰਟਰੋਲ ਕਰ ਲਈਏ ਉਸ ਪਰਟੀਕੂਲਰ ਟਾਈਮ ਤੇ ਕਿਉਂਕਿ ਗੁੱਸੇ ਦੇ ਵਿੱਚ ਬੰਦਾ ਇਹ ਨਹੀਂ ਦੇਖਦਾ ਕਿ ਸਾਹਮਣੇ ਕੌਣ ਹੈ ਜਿਵੇਂ ਹੀ ਫੀ ਸਟ੍ਰਿਕਿੰਗ ਟ੍ਰਿਗਰਿੰਗ ਅ ਵੈਪਨ ਗੋਲੀ ਮਾਰ ਰਹਾ ਜੇ ਹੋ ਤੇ ਉਹ ਇਹ ਨਹੀਂ ਦੇਖੇ ਕੌਣ ਸਾਹਮਣੇ ਹੈ ਸਿਰਫ ਉਹ ਇੱਕ ਸੈਕਿੰਡ ਲੱਗਦਾ ਟ੍ਰਿਗਰ ਕਰਨ ਨੂੰ ਬਟ ਉਹਨੂੰ ਭੁਗਤਣਾ ਪਿਆ ਜਾਂਦਾ ਪੂਰੀ ਲਾਈਫ ਲਈ ਭੁਗਤਣਾ ਪਿਆ ਜਾਂਦਾ ਤੇ ਇਸ ਕਰਕੇ ਸਰ ਸਾਨੂੰ ਆਪਣੇ ਆਪ ਨੂੰ ਮੈਂ ਇਹਦੇ ਕੁਝ ਉਹ ਦੱਸਾਂਗਾ ਕਿ ਜਿਵੇਂ ਯੋਗਾ ਹੋ ਗਿਆ ਯੋਗਾ ਹੋ ਗਿਆ ਤੇ ਐਕਸਰਸਾਈਜ਼ ਹੋ ਗਈ ਰਨਿੰਗ ਵਗੈਰਾ ਜਿਹਦੇ ਕਰਕੇ ਅਸੀਂ ਆਪਣੇ ਆਪ ਨੂੰ ਸੈਲਫ ਕੰਟਰੋਲ ਕਰ ਸਕਦੇ ਹਾਂ ਤੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਹੁਣ ਜਿਵੇਂ ਡਰੱਗਸ ਨੂੰ ਜਿਵੇਂ ਗਵਰਨਮੈਂਟ ਬਹੁਤ ਵਧੀਆ ਇਨੀਸ਼ੀਏਟਿਵ ਲੈ ਰਹੀ ਹੈ ਕਿ ਡੀ ਐਡਿਕਸ਼ਨ ਸੈਂਟਰਸ ਬਣਾ ਰਹੀ ਹੈ ਡਰੱਗ ਡੀ ਐਡਿਕਸ਼ਨ ਸੈਂਟਰਸ ਇਵੇਂ ਸਰ ਮੀਡੀਏਸ਼ਨ ਸੈਂਟਰਸ ਵੀ ਹੈਗੇ ਨੇ ਬਣਾਉਣੇ ਚਾਹੀਦੇ ਨੇ ਇਨਫੈਕਟ ਹੋਰ ਜ਼ਿਆਦਾ ਗਵਰਨਮੈਂਟ ਨੂੰ ਜਿਹੜੇ ਕਿ ਅਸੀ ਮਨੋ ਸਿਹਤ ਦਾ ਸੈਂਟਰ ਵੀ ਕਹਿੰਦੇ ਨੇ ਐਗਜ਼ੈਕਟਲੀ ਹਿੰਦੀ ਚ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਤੇ ਉਹ ਕੀ ਕਰਦੇ ਨੇ ਡਿਪਰੈਸ਼ਨ ਹੈ ਜਿਹੜਾ ਸਟ्रेस ਹੈ ਉਹ ਰਿਲੀਫ ਕਰਦੇ ਨੇ ਉਹਨਾਂ ਕੋਲ ਕਾਉਂਸਲਿੰਗ ਕਰੋ ਤੇ ਉਹ ਰਿਲੀਫ ਕਰਨਗੇ ਇਵੇਂ ਦੇ ਗਵਰਨਮੈਂਟ ਨੂੰ ਇਨੀਸ਼ੀਏਟਿਵਸ ਵੀ ਲੈਣੇ ਚਾਹੀਦੇ ਨੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿ ਕਿਤਨਾ ਕਿਤੇ ਮਾਨਸਿਕਤਾ ਬਦਲ ਰਹੀ ਹੈ ਇਸ ਦੇ ਲਈ ਕਿਤਨਾ ਕਿਤੇ ਨੌਜਵਾਨ ਪੀੜ੍ਹੀ ਜਾਂ ਫਿਰ ਉਹ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਰੁੱਝੇ ਰਹਿੰਦੇ ਨੇ ਇੱਕ ਦੂਜੇ ਦੇ ਨਾਲ ਭਾਵਨਾਵਾਂ ਵੰਡੀਆਂ ਨਹੀਂ ਜਾਂਦੀਆਂ ਇਹ ਕਾਰਨ ਨੌਜਵਾਨਾਂ ਦਾ ਹੈਗਾ ਕਿ ਇਸ ਦੇ ਪਿੱਛੇ ਭਾਵਨਾਵਾਂ ਦਾ ਵੰਡਣਾ ਜਾਂ ਇੱਕ ਦੂਜੇ ਦੇ ਨਾਲ ਗੱਲਬਾਤ ਦਾ ਨਾ ਹੋਣਾ ਇੱਕ ਵੱਡਾ ਕਾਰਨ ਹੈਗਾ ਹੈ ਖੁਦਕੁਸ਼ੀਆਂ ਦਾ ਜਾਂ ਫਿਰ ਪਰਿਵਾਰਕ ਜਿਹੜੇ ਸਮੂਹਿਕ ਕਤਲ ਕੀਤੇ ਜਾਂਦੇ ਨੇ ਉਹਦਾ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਕਰੇ ਲੋਕ ਜਿਹੜੀਆਂ ਕਟਨਾਵਾ ਸਾਹਮਣੇ ਆ ਰਹੀਆਂ ਨੇ ਇੱਕ ਪਰਿਵਾਰ ਦੇ ਵੱਲੋਂ ਆਪਣੀ ਹੀ ਜੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਖੁਦਕੁਸ਼ੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਇਸ ਦੇ ਪਿੱਛੇ ਕਾਰਨ ਕੀ ਨੇ ਕਿ ਲੋਕਾਂ ਦੀ ਜਿਹੜੀ ਸੋਚ ਹੈ ਉਹ ਉਸ ਦੇ ਵਿੱਚ ਬਦਲਾ ਆ ਰਿਹਾ ਹਾਲਾਂਕਿ ਕਿਹਾ ਜਾਂਦਾ ਕਿ ਪੰਜਾਬੀ ਖੁੱਲੇ ਡੁੱਲੇ ਸੁਭਾਅ ਦੇ ਨੇ ਪਰ ਜੇਕਰ ਪੰਜਾਬੀ ਖੁੱਲੇ ਡੁੱਲੇ ਸੁਭਾਅ ਦੇ ਨੇ ਤਾਂ ਇਸ ਤੋਂ ਬਾਅਦ ਵੀ ਅਜਿਹੇ ਘਟਨਾਵਾਵਾਂ ਕਿਉਂ ਵਾਪਰ ਰਹੀਆਂ ਨੇ ਨੌਜਵਾਨ ਮੌਜੂਦ ਨੇ ਇਹਨਾਂ ਤੋਂ ਜਾਣਦੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਾਪਰਨ ਪਿੱਛੇ ਕਾਰਨ ਕੀ ਹੈਗੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਹਰਿੰਦਰ ਹੈ ਜੀ ਅੱਛਾ ਹਰਿੰਦਰ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਇੱਕੋ ਪਰਿਵਾਰ ਦਾ ਜਿਹੜਾ ਜੀ ਹੈਗਾ ਉਹ ਆਪਣੇ ਪਰਿਵਾਰ ਦੇ ਜੀਆ ਦਾ ਕਤਲ ਕਰ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਲਗਾਤਾਰ ਸਵਾਲ ਉੱਠਦੇ ਨੇ ਕਿ ਇਸ ਦੇ ਵਿੱਚ ਸੋਸ਼ਲ ਨੈਟਵਰਕਿੰਗ ਸਾਈਟ ਹੈਗੀਆਂ ਨੇ ਕਿਤੇ ਨਾ ਕਿਤੇ ਜੌਬ ਸੈਟੀਸਫੈਕਸ਼ਨ ਨਹੀਂ ਹੁੰਦੀ ਉਸ ਦੀ ਵਜ੍ਹਾ ਦੇ ਨਾਲ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀਆਂ ਨੇ ਤੁਹਾਡੇ ਮੁਤਾਬਿਕ ਕਾਰਨ ਕੀ ਹੈਗੇ ਨੇ ਅ ਅ ਦਰਅਸਲ ਜੀ ਇਹ ਘਟਨਾਵਾਂ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ ਵਧੀਆਂ ਨੇ ਇਹਦੇ ਇੱਕ ਕਾਰਨ ਨਹੀਂ ਇਹਦੇ ਬਹੁਤ ਸਾਰੇ ਕਾਰਨ ਹੈਗੇ ਨੇ ਤੇ ਹੋਰ ਵੀ ਕਾਰਨ ਬਹੁਤ ਸਾਰੇ ਹੋ ਸਕਦੇ ਨੇ ਜਿਵੇਂ ਆਪਾਂ ਗੱਲ ਕਰੀਏ ਹੁਣ ਦੇਖੋ ਜੌਬ ਸੈਟੀਸਫੈਕਸ਼ਨ ਹੋ ਗਿਆ ਇਹ ਵੱਡਾ ਕਾਰਨ ਹੈ ਬੇਰੁਜ਼ਗਾਰੀ ਹੋ ਗਈ ਹੈ ਨਾ ਤੇ ਆਪਣਾ ਮਾਨਸਿਕਤਨਾ ਅੱਜ ਇਹੋ ਜਿਹਾ ਦੌਰ ਚੱਲ ਰਿਹਾ ਹੈ ਕਿ ਹਰ ਇੱਕ ਇੱਕ ਦਾ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਰੋਜ਼ ਹਰ ਰੋਜ਼ ਨਵੀਆਂ ਚੀਜ਼ਾਂ ਮਾਰਕੀਟ 'ਚ ਇੱਕ ਜਿਸ ਤਰ੍ਹਾਂ ਦਾ ਗਲੋਬਲ ਵਿਲੇਜ ਇੱਕ ਬਣ ਗਿਆ ਆਪਣਾ ਪੂਰਾ ਸੰਸਾਰ ਜੋ ਮਾਰਕੀਟ 'ਚ ਚੀਜ਼ਾਂ ਨਵੀਆਂ-ਨਵੀਆਂ ਆ ਰਹੀਆਂ ਨੇ ਉਸ ਤਰ੍ਹਾਂ ਦੇ ਖੁਸ਼ੀਆਂ ਬੰਦੇ ਦੀਆਂ ਵਧਦੀਆਂ ਜਾ ਰਹੀਆਂ ਨੇ ਉਹਨਾਂ ਕਰਕੇ ਹਰ ਰੋਜ਼ ਬੰਦੇ ਦੀ ਜੋ ਇੱਕ ਆਪਣੇ ਜਿਹੜਾ ਸੰਤੁਸ਼ਟੀ ਹੁੰਦੀ ਸੀਗੀ ਆਪਾਂ ਹੁਣ ਜਦੋਂ ਪਿਛਲਾ ਦੌਰ ਸੀਗਾ ਪਿੰਡਾਂ 'ਚ ਰਹਿਣ ਵਾਲੇ ਬੰਦੇ ਸੀਗੇ ਇੱਕ ਸੰਤੁਸ਼ਟੀ ਹੁੰਦੀ ਸੀ ਮਾਨਸਿਕ ਸੰਤੁਸ਼ਟੀ ਉਹ ਨਹੀਂ ਰਹੀ ਹੁਣ ਤਾਂ ਹੀ ਲੋਕ ਸ਼ਹਿਰਾਂ ਵੱਲ ਨੂੰ ਜਿਆਦਾ ਮੂਵ ਕਰ ਰਹੇ ਨੇ ਉਹਨਾਂ 'ਚ ਤਣਾਅ ਇੰਨਾ ਜਿਆਦਾ ਹੋ ਗਿਆ ਹੁਣ ਪਹਿਲਾਂ ਸਮਾਂ ਸੀਗਾ ਕਿ ਪੜ੍ਹੇ ਲਿਖੇ ਬਹੁਤ ਜਿਆਦਾ ਘੱਟ ਸੀਗੇ ਹੁਣ ਇਹੋ ਜਿਹਾ ਸਮਾਂ ਕਿ ਬੇਰੁਜ਼ਗਾਰੀ ਇੰਨੀ ਜਿਆਦਾ ਹੋ ਗਈ ਪੜ੍ਹੇ ਲਿਖੇ ਆਮ ਤੁਹਾਨੂੰ ਮਿਲਣਗੇ ਕਿ ਵਿਚਾਰੇ ਜਿਹੜੇ ਪੀ ਐਚ ਡੀ ਕੀਤੀ ਹੋਈ ਹੁੰਦੀ ਆ ਉਹ ਵਿਚਾਰੇ ਸੇਵਾਦਾਰ ਦੀ ਜੌਬ ਪਾਲਦੇ ਫਿਰਦੇ ਨੇ ਉਹ ਇੱਕ ਤਰ੍ਹਾਂ ਦਾ ਮੇਰੇ ਹਿਸਾਬ ਨਾਲ ਉਹ ਬੰਦੇ ਦੇ ਮਨ 'ਚ ਕਿਤੇ ਨਾ ਕਿਤੇ ਵਾਹ ਉਮਰ ساری ਉਮਰ ਇਹ ਕੋ ਪ੍ਰੈਸ਼ਰ ਬਣਿਆ ਰਹਿੰਦਾ ਹੈ ਉਹ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਹੋ ਜਾਂਦਾ ਹੈਗਾ ਤੇ ਦੂਜਾ ਕਾਰਨ ਇਹ ਵੀ ਰਹਿ ਕੇ ਕਈ ਆਪਾਂ ਮਾਮਲਿਆਂ 'ਚ ਦੇਖਿਆ ਕਿ ਬੰਦੇ ਆਪਣੀਆਂ ਖੁਆਇਸ਼ਾਂ ਕਰਕੇ ਲੋਨ ਵਗੈਰਾ ਇੰਨਾ ਜ਼ਿਆਦਾ ਚੱਕ ਲੈਂਦੇ ਨੇ ਫਿਰ ਉਹਨਾਂ ਨੂੰ ਲੱਗਦਾ ਕਿ ਅਸੀਂ ਨਹੀਂ ਉਤਾਰ ਸਕਦੇ ਤੇ ਪੂਰੇ ਦੇ ਪੂਰੇ ਪਰਿਵਾਰ ਸਮੇਤ ਉਹ ਖੁਦਕੁਸ਼ੀ ਕਰ ਜਾਂਦੇ ਨੇ ਇੱਕ ਕਾਰਨ ਹੀ ਇਸ ਦੇ ਬਹੁਤ ਸਾਰੇ ਕਾਰਨ ਨੇ ਇਸ ਵਾਰ ਇਸ ਬਾਰੇ ਸਰਕਾਰਾਂ ਨੂੰ ਬੜਾ ਸਵੇਦਨਸ਼ੀਲ ਹੋਣਾ ਪੈਣਾ ਹੈ ਸਰਕਾਰਾਂ ਨੂੰ ਇਸ ਦੇ ਪ੍ਰੋਗਰਾਮ ਲਿਕਣੇ ਚਾਹੀਦੇ ਨੇ ਕਾਉਂਸਲਰ ਪਟਾਣੇ ਚਾਹੀਦੇ ਨੇ ਹਸਪੀਟਲਾਂ 'ਚ ਹੁਣ ਆਪਾਂ ਦੇਖਦੇ ਆ ਕਿ ਜੋ ਕੇਸ ਹੁੰਦੇ ਸੀਗੇ ਅੱਗੇ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਦੇ ਬੜੇ ਘੱਟ ਹੁੰਦੇ ਸੀਗੇ ਸੈਕਟਰੀਸਟ ਬੜੇ ਘੱਟ ਹੁੰਦੇ ਤੇ ਹੁਣ ਤੁਹਾਨੂੰ ਆਮ ਆਰਿਕ ਹਸਪੀਟਲ 'ਚ ਸੈਕਟਰੀਸਟ ਦੀ ਪੋਸਟ ਮਿਲੂਗੀ ਜਦੋਂ ਪ੍ਰਾਈਵੇਟ ਡਾਕਟਰ ਵੀ ਹੋਣਗੇ ਪਹਿਲਾਂ ਇਹ ਬੜਾ ਘੱਟ ਹੁੰਦਾ ਸੀ ਕਿਉਂਕਿ ਲੋਕਾਂ 'ਚ ਇੱਕ ਸੰਤੁਸ਼ਟੀ ਸੀਗੀ ਇਸ ਕਰਕੇ ਹੁਣ ਸਰਕਾਰਾਂ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਵਰਤਾਰਾ ਅੱਗੇ ਹੋਰ ਖਤਰਨਾਕ ਰੂਪ ਲੈ ਸਕਦਾ ਹੈ ਅੱਛਾ ਹਰਿੰਦਰ ਇਹਦੇ ਨਾਲ ਇਹ ਵੀ ਤਾਂ ਹੋ ਸਕਦਾ ਹੈ ਕਿ ਲਗਾਤਾਰ ਲੋਕ ਜਿਹੜੇ ਹੈਗੇ ਨੇ ਕਿ ਲੋਕ ਕੀ ਹਰ ਇੱਕ ਵਰਗ ਦੇਖਿਆ ਜਾ ਰਿਹਾ ਹੈ ਸੋਸ਼ਲ ਨੈਟਵਰਕਿੰਗ ਸਾਈਟ ਦੇ ਉੱਤੇ ਇੰਟਰਨੈਟ ਦਾ ਕਿਤੇ ਨਾ ਕਿਤੇ ਲੋਕਾਂ ਦੇ ਉੱਤੇ ਪ੍ਰਭਾਵ ਦੇਖਣ ਦੇ ਵਿਚਾਰੇ ਆ ਅਸੀਂ ਇੱਕ ਕਮਰੇ ਦੇ ਵਿੱਚ ਬੈਠ ਕੇ ਇੱਕ ਦੂਜੇ ਦੇ ਨਾਲ ਗੱਲਬਾਤ ਹੀ ਨਹੀਂ ਕਰਦੇ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਅਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਇਹ ਲੋਕ ਹੈਗੇ ਨੇ ਉਹ ਇੱਕ ਦੂਜੇ ਦੇ ਨਾਲ ਸਾਂਝੀਆਂ ਨਹੀਂ ਕਰਦੇ ਦਿਮਾਗ ਦੇ ਉੱਤੇ ਪ੍ਰੈਸ਼ਰ ਬਣਦਾ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਨਹੀਂ ਇਹ ਬਹੁਤ ਹੀ ਵਾਜਿਬ ਗੱਲ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਦੇਖਣ ਨੂੰ ਮਿਲਿਆ ਕਿ ਆਪਾਂ ਇੱਕ ਪਰਿਵਾਰ ਚ ਰਹਿੰਦੇ ਹੋਏ ਆਪਣੇ ਮਾਤਾ ਪਿਤਾ ਨਾਲ ਭੈਣ ਭਰਾਵਾਂ ਨਾਲ ਕੋਈ ਗੱਲ ਵੀ ਸ਼ੇਅਰ ਨਹੀਂ ਕਰਦੇ ਸਾਰਾ ਦਿਨ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਲੱਗੇ ਰਹਿੰਦੇ ਨੇ ਇਹ ਇਸ ਇੱਕ ਤਰ੍ਹਾਂ ਦੀ ਬਿਮਾਰੀ ਮੈਂ ਕਹਿੰਨਾ ਕਿ ਯੂਥ ਨੂੰ ਜਾਂ ਕਹੋ ਹਰੇਕ ਉਮਰ ਦੇ ਜੋ ਵੀ ਨੌਜਵਾਨ ਹੈ ਜਾਂ ਵਿਅਕਤੀ ਹੈ ਲੇਡੀਜ਼ ਹੈ ਜਾਂ ਘਰੇਲੂ ਵੀ ਹੈ ਜੋ ਘਰੇ ਕੰਮਕਾਰ ਕਰਨ ਵਾਲੀ ਲੇਡੀਜ਼ ਨੇ ਉਹਨਾਂ ਉਹ ਵੀ ਹਰ ਵਕਤ ਇਹਨਾਂ ਮੋਬਾਈਲ ਫੋਨ ਤੇ ਹੀ ਬਿਜ਼ੀ ਨੇ ਹਰ ਟਾਈਮ ਮੋਬਾਈਲ ਫੋਨ ਵਾਲੇ ਚਿੰਬੜ ਰਿਹਾ ਨਾ ਇਹ ਦੇਖਣ ਨੂੰ ਮਿਲਿਆ ਕਿ ਰਿਸ਼ਤਿਆਂ 'ਚ ਜੋ ਦਰਾਰਾਂ ਆਈਆਂ ਨੇ ਉਹਨਾਂ ਦਾ ਮੇਨ ਕਾਰਨ ਵੀ ਇਹ ਸੋਸ਼ਲ ਨੈਟਵਰਕਿੰਗ ਸਾਈਟਸ ਰਹੀਆਂ ਨੇ ਬੰਦੇ ਇਸ ਵੱਲ ਜਿਆਦਾ ਝਕਾਵ ਹੋਣ ਕਰਕੇ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ ਆਪਣੀ ਫੀਲਿੰਗਸ ਸਾਂਝੀਆਂ ਨਹੀਂ ਕਰ ਪਾਉਂਦੇ ਆਪਣੀ ਸਮੱਸਿਆ ਦਾ ਸਾਂਝੀਆਂ ਨਹੀਂ ਕਰਨੀਆਂ ਪੈਂਦੀਆਂ ਅਗਰ ਕੋਈ ਕਰ ਵੀ ਦਿੰਦਾ ਤਾਂ ਅਗੋ ਰਿਸਪੌਂਸ ਵਧੀਆ ਨਹੀਂ ਮਿਲਦਾ ਸੁਣਨ ਵਾਲਾ ਵੀ ਮੋਬਾਈਲ ਤੇ ਹੀ ਲੱਗਾ ਹੋਣਾ ਸੁਣਨ ਵਾਲਾ ਵੀ ਕਿਹੜਾ ਆਪ ਉਹ ਕਰਦਾ ਹੈ ਇਸ ਕਰਕੇ ਵੱਡਾ ਦੇਖਣ ਨੂੰ ਮਿਲੇਗਾ ਕਿ ਆਪਾਂ ਇਹ ਬਹੁਤ ਮੇਰਾ ਮੰਨਣਾ ਹੈਗਾ ਕਿ ਹੋਰ ਵੀ ਤੁਸੀਂ ਦੇਖੋਗੇ ਕਿ ਇੱਕ ਸਾਈਟ ਆਉਂਦੀ ਹੈ ਤੇ ਜਦੋਂ ਬੰਦਾ ਥੋੜਾ ਜਿਹਾ ਬੋਰ ਹੋਣ ਲੱਗਦਾ ਹੈ ਅਗਲਾ ਤਿੰਨ ਸਾਈਟਾਂ ਤੁਹਾਨੂੰ ਇੰਟਰਨੈਟ ਤੇ ਹੋਰ ਇਹੀ ਜਿਹਾ ਮਿਲ ਜਾਣੀਆਂ ਜਿੱਥੇ ਬੰਦਾ ਕਹਿੰਦਾ ਕਿ ਮੈਂ ਹਰ ਟਾਈਮ ਵੀਜ਼ੀ ਹਰਮਾ ਇਸ ਕਰਕੇ ਇਹ ਵੱਡਾ ਕਾਰਨ ਹੈ ਕਿ ਬੰਦਾ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ ਇਹ ਘਟਨਾਵਾਂ ਵਧਣ ਦਾ ਇਹ ਵੀ ਬਹੁਤ ਮੇਨ ਕਾਰਨ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਹਜੀ ਅੱਛਾ ਜੀ ਪਹਿਲਾਂ ਵੀ ਗੱਲਬਾਤ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਮਾਨਸਿਕਤਾ ਦਾ ਬਦਲਾਅ ਆ ਰਿਹਾ ਹੈ ਮਾਨਸਿਕਤਾ ਬਦਲ ਕਿਸ ਤਰ੍ਹਾਂ ਰਹੀ ਹੈ ਕਿਉਂਕਿ ਆਪਣੇ ਆਪ ਨੂੰ ਕਤਲ ਕਰਨਾ ਖੁਦਕੁਸ਼ੀ ਕਰਨੀ ਜਿਹੜੇ ਦੂਜਿਆਂ ਦਾ ਕਤਲ ਕਰ ਦੇਣਾ ਤੇ ਨਾਲ ਦੀ ਨਾਲ ਵੱਡਾ ਸਵਾਲ ਇਹ ਹੈ ਕਿ ਮਾਪਿਓ ਦੇ ਵੱਲੋਂ ਆਪਣੇ ਪੁੱਤਰਾਂ ਦਾ ਆਪਣੀਆਂ ਧੀਆਂ ਦਾ ਕਤਲ ਕੀਤਾ ਜਾਂਦਾ ਹੈ ਸੌਖਾ ਕੰਮ ਤਾਂ ਨਹੀਂ ਹੋਵੇਗਾ ਕਿਸ ਤਰ੍ਹਾਂ ਅਜਿਹੇ ਅਜਿਹੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਜ਼ਿੰਦਗੀ ਅਜਿਹੇ ਦੌਰ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਜ਼ਾਤ ਤਰ ਜਿੱਦਾਂ ਕਿ ਮੇਰੇ ਫਰੈਂਡ ਨਾਲ ਖੜੇ ਸੀ ਕੁਲੀਗ ਇਹਨਾਂ ਨੇ ਦੱਸਿਆ ਕਿ ਸਮਾਜ ਦਾ ਹੀ ਬਹੁਤ ਵੱਡਾ ਰੋਲ ਹੈ ਸਭ ਤੋਂ ਪਹਿਲਾਂ ਪਰਿਵਾਰ ਦਾ ਜੇ ਪਰਿਵਾਰ 'ਚ ਆਪਾਂ ਕਹੀਏ ਕਿ ਆਪਣੇ ਦਾਇਰੇ ਬਣਾਉਂਦੇ ਹਾਂ ਹਰ ਇੱਕ ਚੀਜ਼ ਦੇ ਜਿੱਦਾਂ ਪਹਿਲੇ ਸੀ ਕਿ ਹਰ ਇੱਕ ਚੀਜ਼ ਰਲ ਕੇ ਕਰਦੇ ਸੀ ਰਿਸ਼ਤੇਦਾਰ ਕੋਈ ਵੀ ਪ੍ਰੋਗਰਾਮ ਕਰਨਾ ਇੱਕ ਦੂਜੇ ਨਾਲ ਬਹਿ ਕੇ ਗੱਲਬਾਤ ਕਰਨੀ ਸਲਾਹ ਲੈਣੀ ਤੇ ਉਹੀ ਚੀਜ਼ਾਂ ਅੱਜਕੱਲ ਹਰੇਕ ਨਵੇਂ ਪ੍ਰੈਫਰੈਂਸਸ ਘਟਾਤੀਆਂ ਪੇਰੈਂਟਸ ਹੈਗੇ ਉਹ ਇਹ ਸੋਚਦੇ ਕਿ ਅਸੀਂ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰੀਏ ਤੇ ਉਹ ਸੁਪਨੇ ਆਪਾਂ ਜਦ ਤਦ ਪੂਰੇ ਕਰ ਸਕਦੇ ਆ ਕਿ ਜੇ ਆਪਾਂ ਉਹਨਾਂ ਦੇ ਮੁਤਾਬਿਕ ਮਿਹਨਤ ਕਰ ਪਾਈਏ ਕੁਝ ਕਾਰਗਵਾਈਏ ਲੇਕਿਨ ਕੀ ਹੈ ਕਿ ਅੱਜਕੱਲ ਦੀ ਜਿਹੜੀ ਯੂਥ ਹੈ ਉਹ ਪੱਛਮੀ ਸੱਭਤਾ ਦੀ ਤਰ੍ਹਾਂ ਆਪਾਂ ਕਹਿੰਦੇ ਆ ਨਾ ਟੈਕਨੋਲੋਜੀ ਦੇਖੀ ਫਟਾਫਟ ਅਡਾਪਟ ਕਰੋ ਤੇ ਸੁਪਨੇ ਦੇਖ ਲਓ ਉਹਨਾਂ ਨੂੰ ਪਾਣ ਲਈ ਆਪਾਂ ਮਿਹਨਤ ਨਹੀਂ ਕਰਦੇ ਆ ਤੇ ਸਭ ਤੋਂ ਪਹਿਲਾਂ ਰੋਲ ਤਾਂ ਇਹ ਮਿਹਨਤ ਕਰਨਾ ਦੂਸਰਾ ਰੋਲ ਜਿਹੜਾ ਸੀਗਾ ਕਿ ਆਪਾਂ ਸਮਾਜਿਕ ਦਾਇਰਾ ਜਿਹੜਾ ਵਧਾ ਲਿਆ ਉਹਦੇ ਕਾਰਨ ਆਪਾਂ ਆਪਣੇ ਪਰਿਵਾਰ ਨੂੰ ਹੀ ਰੋਲ ਘਟਾਤਾ ਕਿ ਕੋਈ ਗੱਲ ਗੜਬੜ ਵੀ ਹੁੰਦੀ ਹੈ ਨਾ ਜਿੱਦਾਂ ਕਿਸੇ ਦੀ ਡੈਥ ਹੋਈ ਤੇ ਬੱਚੇ ਅੱਜਕੱਲ ਕਹਿੰਦੇ ਪਾਪਾ ਸਾਡੇ ਨਾਲ ਨਾ ਗੱਲ ਕਰੋ ਸਾਨੂੰ ਟੈਨਸ਼ਨ ਹੈ ਸਾਡੇ ਪੇਪਰ ਲੱਗੇ ਹੋਏ ਹੈ ਨਾ ਤੇ ਉਹਦੇ ਚ ਕਿਵੇਂ ਪੇਰੈਂਟਸ ਕੀਤੇ ਨਾਲ ਗੱਲ ਕਰਨ ਆਪਣਾ ਦੁੱਖ ਹੀ ਦੇ ਨਾਲ ਮਤਲਬ ਸ਼ੇਅਰ ਕਰਨ ਕੁਛ ਇਹਗਾ ਕੁਛ ਟੈਕਨੋਲੋਜੀ ਦਾ ਰੋਲ ਹੈਗਾ ਕਿ ਜਿਨੂੰ ਆਪਾਂ ਬਹੁਤ ਜ਼ਿਆਦਾ ਹੈਬਿਚੁਅਲ ਹੋ ਗਏ ਕਿ ਨਹੀਂ ਮੈਨੂੰ ਆ ਚੀਜ਼ ਚਾਹੀਦੀ ਤਾਂ ਐਟ ਅ ਟਾਈਮ ਚਾਹੀਦੀ ਸਬਰ ਘਟ ਗਿਆ ਠੀਕ ਹੈ ਪੇਸ਼ੈਂਸ ਘਟ ਗਈ ਤੇ ਔਰ ਕੁਝ ਜਗ੍ਹਾ ਤੇ ਇਦਾਂ ਹੈ ਕਿ ਬਹੁਤ ਜ਼ਿਆਦਾ ਬੇਰੋਜ਼ਗਾਰੀ ਹੈ ਪ੍ਰੈਸ਼ਰ ਵੱਜ ਜਾਂਦੇ ਸਪਨਿਆਂ ਨੂੰ ਘਟਾ ਨਹੀਂ ਪਾਉਂਦੇ ਬੱਚੇ ਕਿਉਂਕਿ ਉਹਨਾਂ ਦੇ ਫਰੈਂਡ ਇਦਾਂ ਦੇ ਹੁੰਦੇ ਕੋ ਅਲੱਗ-ਅਲੱਗ ਆਪਾਂ ਕਹ ਲਈਏ ਸ਼ਹਿਰ ਚ ਹੋਇਆ ਕੋ ਪਿੰਡ ਚ ਹੋ ਰਿਹਾ ਤਾਂ ਉਹਨਾਂ ਦਾ ਫਰਕ ਹੈਗਾ ਤੇ ਅੱਛਾ ਜਿਵੇਂ ਤੁਸੀਂ ਪੱਛਮੀ ਸਭਿਅਤਾ ਦੀ ਗੱਲ ਕੀਤੀ ਹੈ ਪੱਛਮੀ ਸਭਿਅਤਾ ਦੇ ਨਾਲ ਕਿਤਨਾ ਕਿਤੇ ਕੁਝ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਸਾਨੂੰ ਫਿਲਮਾਂ ਦੇ ਵਿੱਚ ਗੀਤਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਕੁਝ ਲੋਕ ਉਸ ਤਰ੍ਹਾਂ ਦਾ ਬਣਨ ਦੀ ਕੋਸ਼ਿਸ਼ ਕਰਦੇ ਨੇ ਪਰ ਬਣ ਨਹੀਂ ਪਾਉਂਦੇ ਫਰਸਟ੍ਰੇਸ਼ਨ ਹੋ ਜਾਂਦੀ ਹੈ ਹਾਂਜੀ ਉਹ ਤਾਂ ਹੈ ਜੀ ਕਿਉਂਕਿ ਮੈਂ ਜਿੱਦਾਂ ਕਿਹਾ ਕਿ ਘੱਟ ਪੜੇ ਲਿਖੇ ਹੋਣਾ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਸੀਗੀ ਉਹਨਾਂ ਨੇ ਜੋ ਦਿਖਾਵਾ ਦੇਖਿਆ ਉਸੇ ਨੂੰ ਸੋਚਿਆ ਕਿ ਮੈਂ ਫਟਾਫਟ ਆਪਣੇ ਸੁਪਨੇ ਨੂੰ ਪੂਰਾ ਕਰਾਂ ਇੱਥੇ ਤੱਕ ਪਹੁੰਚਾਂ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸਾਰੀਆਂ ਚੀਜ਼ਾਂ ਮਿਹਨਤ ਨਾਲ ਆਉਂਦੀਆਂ ਜੇ ਮੈਂ ਕਿਸ ਚੀਜ਼ ਨੂੰ ਪਾਣਾ ਚਾਹੁੰਦਾ ਤਾਂ ਮੈਂ ਉਹਦੇ ਲਈ ਪਹਿਲੇ ਮਿਹਨਤ ਕਰਾਂਗਾ ਫਿਰ ਪੈਸੇ ਕਮਾਵਾਂਗਾ ਫਿਰ ਉਹਨੂੰ ਅਚੀਵ ਕਰਾਂਗਾ ਉਹ ਚਾਹੁੰਦੇ ਸਨ ਸ਼ਾਰਟਕਟ ਮਿਲੇ ਅਸੀਂ ਅਚੀਵ ਕਰ ਲਈਏ ਜੇ ਸ਼ਾਰਟਕਟ ਨਹੀਂ ਮਿਲਦਾ ਆਪਣੇ ਪੇਰੈਂਟਸ ਸੇ ਪ੍ਰੈਸ਼ਰ ਪਾਉਂਦੇ ਆ ਪੈਰੈਂਟਸ ਨਹੀਂ ਪਊਗਾ ਰਿਲੇਟਿਵ ਤੇ ਪਊਗੇ ਅੱਛਾ ਪਰ ਜਿਹੜੇ ਤਾਜ਼ਾ ਮਾਮਲੇ ਸਾਹਮਣੇ ਆਏ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਮਲੇਰ ਕੋਟਲਾ ਦੇ ਵਿੱਚ ਕਾਫੀ ਜਿਹੜਾ ਬਿਜ਼ਨਸਮੈਨ ਹੈਗਾ ਉਸ ਦੇ ਵੱਲੋਂ ਜਿਹੜਾ ਆਪਣੇ ਆਪਣੀ ਵਾਈਫ ਦਾ ਤੇ ਆਪਣੇ ਪੁੱਤਰ ਦਾ 12 ਸਾਲ ਦਾ ਉਹਨਾਂ ਦਾ ਪੁੱਤਰ ਹੈਗਾ ਉਹਨਾਂ ਦਾ ਕਤਲ ਕੀਤਾ ਗਿਆ ਪੁੱਤਰ ਜ਼ੇਰੇ ਇਲਾਜ ਹੈ ਪਰ ਸਵਾਲ ਇਹ ਹੈ ਕਿ ਪੜੇ ਲਿਖੇ ਹਰ ਇੱਕ ਪੱਖੋਂ ਜਿਹੜੇ ਨੇ ਸੁਵਿਧਾਵਾਂ ਦੇ ਨਾਲ ਲੈਸ ਜਾਂ ਵੀ ਇਹ ਕਹਿ ਰਹੀ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਘਾਟ ਨਹੀਂ ਜ਼ਿੰਦਗੀ ਦੇ ਵਿੱਚ ਫਿਰ ਵੀ ਅਜਹੀਆਂ ਘਟਨਾਵਾਂ ਦਾ ਹੋਣਾ ਕੀ ਕਾਰਨ ਮੰਨਦੇ? ਜਿਹੜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਰੀਜ਼ਨ ਦੱਸਿਆ ਸੀ ਇੱਕ ਦੂਜੇ ਨਾਲ ਸ਼ੇਅਰ ਨਹੀਂ ਕਰਦੇ ਆਪਣੀ ਫੀਲਿੰਗਸ ਮੇਬੀ ਆਪਾਂ ਨੂੰ ਬਾਹਰਲੀ ਚੀਜ਼ ਨਹੀਂ ਕਰ ਸਕਦੇ ਹਾਂ ਆਪਾਂ ਬਾਹਰੋਂ ਦੇਖਿਆ ਕਿ ਹਾਂ ਬਿਲਕੁਲ ਆਪਾਂ ਨੂੰ ਲੱਗ ਰਿਹਾ ਇਹ ਚੀਜ਼ ਬਹੁਤ ਜ਼ਿਆਦਾ ਅਮੀਰ ਹੈ ਇਹਦੇ ਕੋ ਕੋਈ ਕਿਸ ਚੀਜ਼ ਦੀ ਘਾਟ ਨਹੀਂ ਹੈ ਲੇਕਿਨ ਜਿਹੜਾ ਬੰਦਾ ਕਮਾਰਿਆ ਉਹਨਾਂ ਨੂੰ ਪਤਾ ਕਿ ਉਹ ਕਿੰਦਾ ਮਿਹਨਤ ਲਾ ਰਿਹਾ ਹੈ ਨਾ ਜੇ ਉਹਦੇ ਬੱਚੇ ਉਹਦੇ ਰਿਵਾਰਡ ਚ ਕੁਝ ਨਹੀਂ ਕਰ ਪਾ ਰਹੇ ਜਿੱਦਾਂ ਕਿ ਕਿਸੇ ਦਾ ਮੁੰਡਾ ਨਸ਼ੇੜ ਹੀ ਹੋ ਗਿਆ ਜਾਂ ਕਿ ਉਹਨੇ ਪੂਰੀ ਜ਼ਿੰਦਗੀ ਕੁਝ ਨਹੀਂ ਇਦਾਂ ਦਾ ਕੰਮ ਕੀਤਾ ਤੇ ਉਹਦੇ ਵਿੱਚ ਮੈਂ ਸੋ ਆਪਾਂ ਗੱਲ ਹੀ ਨਹੀਂ ਕੀਤੀ ਬੱਚਿਆਂ ਨਾਲ ਬਹਿ ਕੇ ਜਾਂ ਬੱਚਿਆਂ ਦੇ ਪੇਰੈਂਟਸ ਨਾਲ ਗੱਲ ਨਹੀਂ ਕੀਤੀ ਸਾਨੂੰ ਪ੍ਰੋਬਲਮ ਕੀ ਹੋਈ ਹੈ ਕਿ ਪੇਰੈਂਟਸ ਨੂੰ ਕਿੱਦਾਂ ਹੈ ਕਿਸੇ ਦਾ ਪੇਰੈਂਟਸ ਸਭ ਕੁਝ ਚੀਜ਼ਾਂ ਦਾ ਪੂਰੀਆ ਕਰ ਰਿਹਾ ਲੇਕਿਨ ਕਰਜ਼ਾ ਕਿੰਨਾ ਚੱਕ ਲਿਆ ਉਹ ਕਿਸੇ ਨੂੰ ਨਹੀਂ ਪਤਾ ਤੇ ਉਹ ਮਾਨਸਿਕ ਆਪਾਂ ਕਹਿੰਦੇ ਇਹ ਤੁਹਾਡੇ ਮਤਾਬਿਕ ਫਿਰ ਹੱਲ ਕੀ ਹੋਣਾ ਚਾਹੀਦਾ ਇਹਨਾਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਕਿ ਪੇਰੈਂਟਸ ਦਾ ਰੋਲ ਹੋ ਜਾਂਦਾ ਹੈ ਜਦ ਵੀ ਕੋਈ ਨਵਾਂ ਜੀ ਘਰ ਜਾਂਦਾ ਹੈ ਆਪਾਂ ਖੁਸ਼ੀਆਂ ਮਨਾਉਂਦੇ ਸਾਰੇ ਇਕੱਠੇ ਹੁੰਦੇ ਆ ਲੇਕਿਨ ਕਿਉਂਦਾ ਜਦ ਆਪਾਂ ਬੱਚੇ ਨੂੰ ਸਕੂਲ ਪਾਉ ਬਿਜ਼ੀ ਹੋ ਜਾਂਦੇ ਆ ਕਮਾਂਡ ਦੇ ਵਿੱਚ ਮਤਲਬ ਆਪਾਂ ਹੀ ਪਹਿਲੇ ਡਿਸਾਈਡ ਕਰ ਲੈਂਦੇ ਕਿ ਆਪਣੇ ਬੱਚੇ ਨੂੰ ਆਪਾਂ ਡਾਕਟਰ ਬਣਾਣਾ ਇੰਜੀਨੀਅਰ ਬਣਾਣਾ ਜਦ ਕਿ ਉਸ ਬੱਚੇ ਦੀ ਅਸਲੀ ਖੁਆਇਸ਼ ਕੀ ਹੈ ਉਹ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਹੈ ਨਾ ਪਹਿਲਾ ਪ੍ਰੈਸ਼ਰ ਆਇਜ਼ ਆਪਾਂ ਉਹ ਕਰਨ ਲੱਗੇ ਉਹਦੇ ਬਾਅਦ ਜਦ ਬੱਚੇ ਨੇ ਆਪਣੇ ਸੁਪਨੇ ਦੱਸਨੇ ਸ਼ੁਰੂ ਕੀਤੇ ਫਿਰ ਆਪਾਂ ਹਸਰਾਂ ਨੂੰ ਤੁਰ ਪੈਂਦੇ ਆ ਤੇ ਕਿਤਨੇ ਕਿਤੇ ਫੈਮਿਲੀ ਦੇ ਵਿੱਚ ਹੀ ਦਾ ਰਿਲੇਸ਼ਨ ਨਹੀਂ ਬਣ ਪਾਇਆ ਉਹ ਇੱਕ ਸਟਾਰਟਿੰਗ ਪੁਆਇੰਟ ਹੈ ਜੀ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਆਖਿਰ ਮਾਨਸਿਕਤਾ ਬਦਲ ਕਿਉਂ ਰਹੀ ਹੈ ਲਗਾਤਾਰ ਖੁਦਕੁਸ਼ੀਆਂ ਕਿਉਂ ਹੋ ਰਹੀਆਂ ਨੇ ਹਾਲਾਂਕਿ ਵੱਖ-ਵੱਖ ਪ੍ਰਤੀਕਰਮ ਲੋਕਾਂ ਦੇ ਸਾਹਮਣੇ ਆ ਰਹੇ ਨੇ ਸੋ ਗੱਲਬਾਤ ਦਾ ਸਿਲਸਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਪਰ ਇੱਥੇ ਰੁਕਤੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਖੁਦਕੁਸ਼ੀਆਂ ਕਰਨ ਦੇ ਪਿੱਛੇ ਕੀ ਕਾਰਨ ਨੇ ਅਸੀਂ ਆਪਣੇ ਪਰਿਵਾਰਾਂ ਦੇ ਜੀਆਂ ਨੂੰ ਕਿਉਂ ਮਾਰ ਰਹੇ ਹਾਂ ਇੱਕ ਪਿਓ ਆਪਣੇ ਪੁੱਤ ਨੂੰ ਮਾਰਨ ਤੋਂ ਪਹਿਲਾਂ ਇੱਕ ਵਾਰ ਵੀ ਕਿਉਂ ਨਹੀਂ ਸੋਚਦਾ ਇੱਕ ਧੀ ਆਪਣੇ ਪਰਿਵਾਰ ਨੂੰ ਮਾਰਨ ਤੋਂ ਪਹਿਲਾਂ ਇੱਕ ਵਾਰ ਕਿਉਂ ਨਹੀਂ ਸੋਚਦੀ ਇੱਕ ਮਾਂ ਆਪਣੇ ਪਰਿਵਾਰ ਜਾਂ ਆਪਣੇ ਪਤੀ ਨੂੰ ਮਾਰਨ ਤੋਂ ਪਹਿਲਾਂ ਵੀ ਇੱਕ ਵਾਰ ਕਿਉਂ ਨਹੀਂ ਸੋਚਦੀ ਤੇ ਇਹਨਾਂ ਖੁਦਕੁਸ਼ੀਆਂ ਇਹਨਾਂ ਕਤਲਾਂ ਦੇ ਪਿੱਛੇ ਕਾਰਨ ਕੀ ਨੇ ਅਸੀਂ ਇੰਨੀ ਛੇਤੀ ਗੁੱਸੇ ਦੇ ਵਿੱਚ ਕਿਉਂ ਆ ਜਾਂਦੇ ਹਾਂ ਆਪਣੇ ਆਪ ਤੇ ਕੰਟਰੋਲ ਕਿਉਂ ਹੈਗਾ ਨਹੀਂ ਤੇ ਕੁਝ ਹੋਰ ਨੌਜਵਾਨ ਹੈਗੇ ਨੇ ਸਾਡੇ ਨਾਲ ਇਹਨਾਂ ਦਾ ਸਿਕ ਸਟੱਡੀ ਦੇ ਵਿੱਚ ਪੀ ਐਚ ਡੀ ਕਰ ਰਹੇ ਨੇ ਪਰਮਵੀਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਸਿਕ ਸਟੱਡੀ ਦੇ ਵਿੱਚ ਤੁਸੀਂ ਪੀ ਐਚ ਡੀ ਕਰਦੇ ਨੇ ਧਰਮ ਦੇ ਉੱਤੇ ਮੁਹਾਰਤ ਹਾਸਲ ਕਰ ਰਹੇ ਨੇ ਪਰ ਧਰਮ ਇਸ ਮਾਮਲੇ ਦੇ ਵਿੱਚ ਕੀ ਕਹਿੰਦਾ ਹੈ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਕਿਸ ਤਰੀਕੇ ਦੇ ਨਾਲ ਧਰਮ ਦੇ ਵਿੱਚ ਜਿਹੜੀ ਹੈਗੀ ਵਿਆਖਿਆ ਕੀਤੀ ਗਈ ਹੈ ਜਾਂ ਫਿਰ ਸਮਝਾਇਆ ਗਿਆ ਦੇਖੋ ਜਦੋਂ ਤੁਸੀਂ ਧਰਮੰਦੀ ਗੱਲ ਕਰਦੇ ਹੋ ਨਾ ਧਰਮ ਇੱਕ ਜਦੋਂ ਕਈ ਫਿਲਾਸਫਰਾਂ ਦੇ ਵਿੱਚੋਂ ਜੇ ਆਪਾਂ ਕੁਝ ਇੱਕ ਫਿਲਾਸਫਰਾਂ ਦੀ ਗੱਲ ਕਰੀ ਤਾਂ ਉਹ ਕਹਿੰਦੇ ਕਿ ਜ਼ਿੰਦਗੀ ਜਿਉਣ ਦਾ ਸਭ ਤੋਂ ਵਧੀਆ ਤਰੀਕਾ ਹੀ ਧਰਮ ਹੈ ਬੈਸਟ ਵੇ ਆਫ ਲਾਈਵਿੰਗ ਲਾਈਫ ਇੱਕੋ ਐਗਜ਼ਾਮਪਲ ਦਿੰਦੇ ਆ ਪਰ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਤਾਂ ਉਹ ਇਹਨੂੰ ਰੋਕਣ ਦਾ ਕੋਈ ਹੱਲ ਨਹੀਂ ਕਰਦੀ ਕਿਉਂ ਕਿ ਉਹ ਇਸ ਨੱਬ ਤੱਕ ਪਹੁੰਚ ਨਹੀਂ ਨਹੀਂ ਦਿੰਦੇ ਜਦੋਂ ਤੁਸੀਂ ਬਚਪਨ ਤੋਂ ਸਿੱਖ ਧਰਮ ਨੂੰ ਫੋਲੋ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਸਿਖਾ ਰਹੇ ਹੋ ਤਾਂ ਉਹ ਬੱਚੇ ਦੇ ਦਿਮਾਗ ਦੇ ਵਿੱਚ ਕਦੇ ਵੀ ਸੁਸਾਇਡ ਦਾ ਖਿਆਲ ਨਹੀਂ ਆਊਗਾ ਕਿਉਂ ਕਿ ਸਾਡੇ ਸਭ ਤੋਂ ਇੰਪੋਰਟੈਂਟ ਜਿਹੜੇ ਗੁਣ ਨੇ ਸਬਰ ਹੈ ਸ਼ੁਕਰ ਹੈ ਰਜਾ ਹੈ ਭਾਣਾ ਹੈ ਇਹ ਉਹ ਸ਼ਬਦ ਨੇ ਇਹ ਉਹ ਤੱਲੇ ਸ਼ਬਦ ਜਿਹਨਾਂ ਦੇ ਪਿੱਛੇ ਤੁਹਾਡੀ ਪੂਰੀ ਜ਼ਿੰਦਗੀ ਬਤੀਤ ਹੋ ਸਕਦੀ ਆ ਸਾਡੇ ਇਤਿਹਾਸ ਦੇ ਵਿੱਚ ਇੰਨੀਆਂ ਕੁ ਉਦਾਹਰਨਾਂ ਨੇ ਮਤਲਬ ਗੇਂਦਿਆਂ ਪੋਟੇ ਤੱਕ ਖਤਮ ਹੋ ਜਾਣਗੇ ਇੱਕ ਗੱਲ ਕਰੀਏ ਸਿੱਖ ਸ਼ਖਸੀਅਤ ਦੀ ਤਾਂ ਮਾਤਾ ਮਾਤਾਵਾਂ ਨੇ ਖੰਨੀ ਖੰਨੀ ਰੋਟੀ ਤੇ ਜੀ ਗੁਜ਼ਾਰਾ ਕੀਤਾ ਅੱਜ ਜੇ ਕੋਈ ਪੈਸੇ ਦੇ ਘਾਟੇ ਖੁਦਕੁਸ਼ੀ ਕਰ ਰਿਹਾ ਤੋ ਉਹ ਇਤਿਹਾਸ ਦੇ ਉਤੇ ਵੀਲੇ ਨੂੰ ਚਿੱਤਰ ਸਕਦਾ ਜਦੋਂ ਮੀਰ ਮੰਨੂ ਦੀਆਂ ਜੇਲਾਂ ਦੇ ਵਿੱਚ ਮਾਤਾ ਹੁਣੀ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਦੀਆਂ ਸੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਪੁੱਤਾਂ ਨੂੰ ਕੋਹਿਆ ਜਾਂਦਾ ਸੀ ਮਾਰਿਆ ਜਾਂਦਾ ਸੀ ਪਰ ਫਿਰ ਵੀ ਉਹਨਾਂ ਦੀ ਜਿਹੜੀ ਸ਼ਾਮ ਦੀ ਅਰਦਾਸ ਹੁੰਦੀ ਸੀ ਕਿ ਤੁਹਾਡਾ ਪੂਰਾ ਦਿਨ ਸ਼ੁਕਰ ਵਿੱਚ ਬਤੀਤ ਹੋਇਆ ਅੱਛਾ ਤੁਸੀਂ ਸ਼ੁਕਰ ਦੀ ਗੱਲ ਕੀਤੀ ਐ ਸਬਰ ਦੀ ਗੱਲ ਕੀਤੀ ਐ ਸੰਤੋਖ ਦੀ ਗੱਲ ਕੀਤੀ ਐ ਪਰ ਅੱਜ ਦੁਨੀਆ ਦੇ ਵਿੱਚ ਸਾਰੀਆਂ ਇੱਟੀਆਂ ਗਾਇਬ ਕਿਉਂ ਨੇ ਕਿਉਂਕਿ ਜਿਹੜਾ ਪਦਾਰਥਵਾਦ ਐ ਜਿਹੜਾ ਜੋਕਾ ਯੁੱਗ ਆ ਗਿਆ ਪਦਾਰਥਵਾਦ ਦਾ ਸਾਰੇ ਮਟੀਰੀਅਲ ਦੇ ਤੁਸੀਂ ਵਰਤਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਪਭੋਗਤਾਵਾਦੀ ਹੋ ਗਏ ਅਸੀਂ ਕੰਜ਼ਿਊਮਰ ਬਣ ਕੇ ਹਰ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਹਾਂ ਖਾਣਾ ਚਾਹੁੰਦੇ ਮਕਾਉਣਾ ਚਾਹੁੰਦੇ ਆ ਉਹਦੇ ਚੱਕਰਾਂ ਦੇ ਵਿੱਚ ਅਸੀਂ ਭੱਜ ਦੌੜ ਸਾਡੇ ਚ ਲੱਗ ਚੁੱਕੀ ਆ ਅਸੀਂ ਇੱਕ ਦੂਜੇ ਤੋਂ ਵਧੀਆ ਕੱਪੜੇ ਇੱਕ ਦੂਜੇ ਤੋਂ ਵਧੀਆ ਪਤਾ ਹੀ ਨਹੀਂ ਕਿਸ ਦੌੜ ਦੇ ਵਿੱਚ ਅਸੀਂ ਭੱਜ ਰਹੇ ਹਾਂ ਉਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੇ ਵੀ ਕੋਲੇ ਪੈਸਾ ਉਹ ਓਨੇ ਪੈਸੇ ਦਾ ਸ਼ੁਕਰ ਨਾ ਕਰਦੇ ਉਹਨੂੰ ਲੱਗਦਾ ਕਿ ਮੇਰੇ ਕੋਲ ਹੋਰ ਆ ਜੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤ अच्छा केतप्रीत ਤੁਸੀਂ ਮਨੋਵਿਗਿਆਨ ਦੇ ਵਿੱਚ ਪੀ ਐਚ ਡੀ ਕਰ ਰਹੇ ਹੈਗੇ ਆ ਮਨੋਵਿਗਿਆਨ ਇਹਨਾਂ ਚੀਜ਼ਾਂ ਨੂੰ ਕਿਵੇਂ ਰੋਕਦਾ ਤੇ ਇਹਨਾਂ ਚੀਜ਼ਾਂ ਦੇ ਪਿੱਛੇ ਕਾਰਨ ਕੀ ਹੈਗੇ ਨੇ ਤੁਹਾਡੇ ਮੁਤਾਬਿਕ ਦੇਖੋ ਜਿਵੇਂ ਆਪਾਂ ਕਹਿੰਦੇ ਆ ਆਪਣੀ ਮਨ ਦੀਆਂ ਕਈ ਲੈਵਲ ਹੁੰਦੇ ਆ ਕਈ ਸੱਤਾ ਹੁੰਦੀ ਆ ਕਈ ਤੈਅ ਹੁੰਦੀਆਂ ਤਾਂ ਕੁਝ ਜਿਹੜੇ ਆਪਣੇ ਮਨੋ ਰੋਗ ਹੁੰਦੇ ਆ ਉਹ ਆਪਾਂ ਕਹਿੰਦੇ ਜਿਵੇਂ ਸਾਈਕੋਲੋਜੀ ਵਿੱਚ ਆਪਾਂ ਕਹਿੰਦੇ ਆ ਅਨਕੌਨਸ਼ੀਅਸ ਮਾਈਂਡ ਹਨਾ ਤਾਂ ਕਈ ਵਾਰ ਆਪਾਂ ਨੂੰ ਬੰਦੇ ਨੂੰ ਹੀ ਨਹੀਂ ਪਤਾ ਲੱਗਦਾ ਕਿ ਉਹਦੇ ਅਨਕੌਨਸ਼ੀਅਸ ਵਿੱਚ ਕੀ ਕੁਝ ਚੱਲ ਰਿਹਾ ਹੈ ਹਨਾ ਤਾਂ ਜਦੋਂ ਕੌਨਸ਼ੀਅਸ ਮਾਈਂਡ ਵਿੱਚ ਜਦੋਂ ਐਕਸਪ੍ਰੈਸ ਕਰਦੇ ਆ ਆਪਣੇ ਆਪ ਨੂੰ ਤਾਂ ਉਦੋਂ ਆਪਾਂ ਨੂੰ ਇਹ ਜਿਹੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਤੇ ਜਦੋਂ ਹੁਣ ਆਪਾਂ ਸੁਸਾਈਡ ਦੀ ਗੱਲ ਕਰ ਰਹੇ ਹਾਂ ਤਾਂ ਸੁਸਾਈਡ ਦੀ ਮੌਕੇ ਦੇ ਕਿਉਂਕਿ ਸੁਸਾਈਡ ਹੁੰਦਾ ਹੀ ਇੰਪਲਸਿਵ ਹੈ ਕਿ ਜਿਵੇਂ ਆਪਾਂ ਕਈ ਕੇਸਿਸ ਦੇਖੇ ਹੋਣਗੇ ਸੁਸਾਈਡ ਅਨਸਕਸੈਸਫੁਲ ਅਟੈਂਪਟ ਜਿਹਨੂੰ ਆਪਾਂ ਕਹਿੰਦੇ ਨੇ ਉਸ ਤੋਂ ਬਾਅਦ ਉਹ ਬੰਦਾ ਬਹੁਤ ਰਿਗਰੈਟ ਕਰਦਾ ਵੀ ਮੈਂ ਇਹ ਕਿਵੇਂ ਕਰ ਬੈਠਾ ਕਿਉਂ ਕਰ ਬੈਠਾ ਤਾਂ ਇਹਦਾ ਮਤਲਬ ਉਸ ਪੁਆਇੰਟ ਤੇ ਜਦ ਦੀ ਮਨੋਸਥਿਤੀ ਹੁੰਦੀ ਹੈ ਉਹਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਇੱਕ ਬਹੁਤ ਇੰਪਲਸਿਵ ਡ ਤਾਂ ਉਸਨੂੰ ਰੋਕਣ ਲਈ ਤਾਂ ਬੈਸਟ ਇਹ ਹੈ ਕਿ ਉਦੋਂ ਪਹਿਲਾਂ ਕੁਸ਼ਚਨ ਹੁੰਦੇ ਆ ਵੀ ਇਹ ਸੁਸਾਈਡ ਜੋ ਬੰਦਾ ਮੰਨ ਲਓ ਮੋٹے ਮੋٹے ਚਨ ਹੁੰਦੇ ਆ ਕਿ ਉਹ ਲੋਕਾਂ ਨਾਲ ਆਮ ਮਿਲਣਾ ਚੁਣਾ ਘਟਾ ਦਿੰਦਾ ਜੋ ਆਪਣੇ ਇੰਟਰਸਟ ਉਹਦੀ ਐਕਟੀਵਿਟੀਜ਼ ਚਾਹ ਡੇ ਟੂ ਡੇ ਹਨਾ ਜੌਬ ਆ ਜਾਂ ਕੋਈ ਸਟੂਡੈਂਟ ਆ ਉਹਦੀ ਪ੍ਰੋਫਾਈਲ ਆ ਉਹਦੇ ਵਿੱਚ ਉਹਦਾ ਇੰਟਰਸਟ ਘਟ ਜਾਂਦਾ ਆਪਣੇ ਫਰੈਂਡਸ ਨੂੰ ਫੈਮਿਲੀ ਨੂੰ ਟਾਈਮ ਘਟ ਦੇਣਾ ਹੋਣ ਦਾ ਚੁਪ ਪ੍ਰੈਣਾ ਜ਼ਿਆਦਾ ਜਾਂ ਲੰਬੇ ਤੇ ਲਈ ਸੌਣਾ ਜਾਂ ਘੱਟ ਸੌਣਾ ਜ਼ਿਆਦਾ ਖਾਣਾ ਜਾਂ ਬਿਲਕੁਲ ਥੋੜਾ ਖਾਣਾ ਮਤਲਬ ਇਹ ਕੁਝ ਸਾਈਨ ਸਿੰਪਟਮਸ ਨੇ ਜਿਹੜੇ ਆਪਾਂ ਮਤਲਬ ਸਾਰੇ ਨੂੰ ਅਵੇਅਰ ਕਰਨਾ ਚਾਹੀਦਾ ਕਿ ਸਾਈਨ ਸਿੰਪਟਮਸ ਥੋੜੇ ਆਲੇ ਦੁਆਲੇ ਥੋੜੇ ਹੋ ਸਕਦਾ ਤੁਹਾਡੇ ਪਰਿਵਾਰ ਵਿੱਚ ਹੀ ਹੋਵੇ ਤਾਂ ਦੂਜਾ ਇਹਦੇ ਵਿੱਚ ਪੱਖ ਇਹ ਆ ਜਾਂਦਾ ਕਿ ਜਿਵੇਂ ਹਜੇ ਆਪਣੇ ਹਜੇ ਵੀ ਦੇਸ਼ ਵਿੱਚ ਮਨੋਵਿਗਿਆਨੀ ਕੋਲੇ ਜਾਣ ਲਈ ਜਾਂ ਸਾਈਕੀਐਟ੍ਰਿਸਟ ਜਾਂ ਸਾਈਕੋਲੋਜਿਸਟ ਕੋਲ ਜਾਣ ਲਈ ਖਵਾ ਸਮਝਿਆ ਜਾਂਦਾ ਵੀ ਪਤਾ ਨਹੀਂ ਵੀ ਕੀ ਇਹ ਤਾਂ ਪਾਗਲਾਂ ਦਾ ਪਾਗਲਾਂ ਦੇ ਡਾਕਟਰ ਕਰਕੇ ਹੀ ਰੈਫਰ ਕੀਤਾ ਜਾਂਦਾ ਮੈਂ ਪਰਸਨਲੀ ਕਹਾਂ ਤਾਂ ਅੱਛਾ ਤੁਸੀਂ ਪਾਗਲਾਂ ਦੀ ਪੜ੍ਹਾਈ ਕਰਦੇ ਹੋ ਮਤਲਬ ਇੱਕ ਟੈਗ ਮਿਲਿਆ ਹੋਇਆ ਹਾਲਾਂਕਿ ਇਹ ਸਫੀਅਰ ਬਹੁਤ ਵੱਡਾ ਮਤਲਬ ਜਿਵੇਂ ਆਪਾਂ ਕਹਿੰਦੇ ਕਿ ਫਿਜ਼ੀਕਲ ਹੈਲਥ ਆ ਸਾਡੀ ਸਾਡੀ ਸਰੀਰਕ ਤੰਦਰੁਸਤੀ ਲਈ ਅਸੀਂ ਡਾਕਟਰ ਕੋਲ ਜਾਂਦੇ ਸਾਨੂੰ ਕੋਈ ਚੀਜ਼ ਨਹੀਂ ਹੁੰਦੀ ਹਨਾ ਤਾਂ ਅਸੀਂ ਮੈਂਟਲ ਹੈਲਥ ਵੀ ਉਨੀ ਹੀ ਜ਼ਰੂਰੀ ਹੈ ਸਾਡੇ ਲਈ ਤਾਂ ਮੇਰੇ ਨਾਲ ਤਾਂ ਇੱਕ ਫਸਟ ਸਟੈਪ ਤੇ ਹੀ ਆ ਸਾਰਿਆਂ ਨੂੰ ਵੇਅਰ ਕਰਨ ਲਈ ਕਿ ਜਿੰਨਾ ਤੁਹਾਡਾ ਸਰੀਰ ਤੁਹਾਡੇ ਜ ਇੱਕ ਰੱਜਿਆ ਪੂਜਿਆ ਇਨਸਾਨ ਜੇ ਕਹ ਲਈਏ ਕਿ ਬਿジネス ਪੱਖੋਂ ਵੀ ਹਰ ਇੱਕ ਪੱਖ ਤੋਂ ਵੀ ਠੀਕ ਠਾਕ ਹੈਗਾ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਮਾਰਦਾ ਹੈ ਆਪਣੇ ਪੁੱਤ ਨੂੰ ਮਾਰਦਾ ਜਾਂ ਫਿਰ ਇਹ ਕਹ ਰਹੀ ਹੈ ਕਿ ਇੱਕ ਜੀ ਆਪਣੇ ਪਰਿਵਾਰਾਂ ਨੂੰ ਮਾਰਦਾ ਕਿਸ ਤਰ੍ਹਾਂ ਦੀ ਸਥਿਤੀ ਹੋਵੇਗੀ ਇਸ ਤਰ੍ਹਾਂ ਦਾ ਵਤੀਰਾ ਹੁੰਦਾ ਕਿਉਂ ਦੇਖੋ ਜੀ ਆਪਾਂ ਪਹਿਲਾਂ ਗੁਰਬਾਣੀ ਤੋਂ ਲਈਏ ਤਾਂ ਉਹ ਚਾਹੁੰਦਾ ਕਿ ਵੱਡੇ ਵੱਡੇ ਜੋ ਦਿਸੈ ਲੋਗ ਤੈਨੂੰ ਕੋ ਵੀ ਆਪਾਂ ਚਿੰਤਾ ਰੋ ਵੀ ਹੁਣ ਉੱਥੇ ਉਹ ਕਹਿੰਦੇ ਕੌਣ ਵੱਡਾ ਮਾਇਆ ਵੜਾਈ ਵੀ ਉਹ ਵੜਿਆਈ ਕਹਦੀ ਮਾਇਆ ਦੀ ਆ ਪਰ ਉਹ ਚਿੰਤਾ ਦੂਰ ਨਹੀਂ ਕਰਦੀ ਤੁਹਾਡੀ ਉਹ ਮਾਇਆ ਵਿੱਚ ਰਹਿ ਕੇ ਵੀ ਉਹ ਨੂੰ ਚਿੰਤਾ ਛੱਡਦੀ ਨਹੀਂ ਮਤਲਬ ਉਹ ਜੇ ਚਾਹੇ ਪੈਸਾ ਆ ਗਿਆ ਚਾਹੇ ਪਾਵਰ ਆ ਗਈ ਪਰ ਉਹਦੀ ਚਿੰਤਾ ਜਾਂਦੀ ਨਹੀਂ ਪਹਿਲਾਂ ਕਮਾਉਂਡ ਚ ਰੁਜਿਆ ਹੋਇਆ ਸੀ ਹੁਣ ਉਹ ਨੂੰ ਬਚਾਉਣ ਵਿੱਚ ਰੁਜਿਆ ਹੋਇਆ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਦੀ ਚਿੰਤਾ ਉਹਦੇ ਚ ਲੱਗੀ ਰਹਿੰਦੀ ਆ ਹੁਣ ਜੇ ਆਪਾਂ ਕਰ ਗੱਲ ਕਰੀ ਅੱਜ ਕੱਲ ਦੀ ਤਾਂ ਮਾਇਆ ਇਕੱਠੀ ਕਰਨ ਲਈ ਕਰਾਪਸ਼ਨ ਇੱਕ ਸਭ ਤੋਂ ਵਧੀਆ ਅੱਜ ਕੱਲ ਆਪਾਂ ਕਹਿ ਸਕਦੇ ਆ ਵੀ ਕਰਾਪਸ਼ਨ ਵਰਤਿਆ ਜਾਂਦੀ ਹੁਣ ਜਿੱਥੇ ਕਰਾਪਸ਼ਨ ਆ ਗਈ ਨਾਲ ਚਿੰਤਾ ਤੁਹਾਡੇ ਨਾਲ ਹੀ ਆ ਜਾਣੀ ਆ ਜੇ ਕਿਸੇ ਨੇ ਦਸਨੋਂ ਹਾਂ ਦੀ ਕਿਰਤ ਕਮਾਈ ਕਰਕੇ ਆਪਣੀ ਹੱਕ ਸੱਚ ਦੀ ਕਮਾਈ ਕੀਤੀ ਹੈ ਉਹਨੂੰ ਕਾਦੀ ਚਿੰਤਾ ਜਿੱਥੇ ਤੁਸੀਂ ਲੁੱਟ ਖੋਹ ਕੀਤੀ ਉੱਥੇ ਚਿੰਤਾ ਨਾਲ ਹੀ ਜਿੱਥੇ ਚਿੰਤਾ ਉੱਥੇ ਮਨੋਰੋਗ ਫਿਰ ਨਾਲ ਦੀ ਨਾਲ ਹੀ ਆ ਜਾਂਦੇ ਤੇ ਇਹ ਜਿਹੀਆਂ ਚੀਜ਼ਾਂ ਆਪਣੇ ਸਾਹਮਣੇ ਆਉਂਦੀਆਂ ਨੇ ਬਹੁਤ ਬਹੁਤ ਧੰਨਵਾਦ ਸਰਨਾ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਦੇ ਵੱਖ-ਵੱਖ ਪ੍ਰਤੀਕਰਮ ਵੀ ਸਾਹਮਣੇ ਆਏ ਨੇ ਕੁਝ ਦਾ ਕਹਿਣਾ ਕਿ ਇਸ ਦੇ ਪਿੱਛੇ ਸੋਸ਼ਲ ਮੀਡੀਆ ਜ਼ਿੰਮੇਵਾਰ ਹੈ ਕੁਝ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਆਪਸੀ ਗੱਲਬਾਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਆਪਣੀਆਂ ਭਾਵਨਾਵਾਂ ਦੂਜਿਆਂ ਦੇ ਨਾਲ ਜਿਹੜੀਆਂ ਸਾਂਝੀਆਂ ਨਹੀਂ ਕਰਦੇ ਇਸ ਦੇ ਨਾਲ ਕਿਤਨਾ ਕਿਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਲੋਕ ਤੇ ਕੁਝ ਦਾ ਇਹ ਵੀ ਕਹਿਣਾ ਹੈ ਕਿ ਧਰਮ ਤੋਂ ਦੂਰ ਹੁੰਦਾ ਇਨਸਾਨ ਲਗਾਤਾਰ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਹੈ ਜਿਸ ਦੇ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਸੋ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਕਿਤਨਾ ਕਿਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਆਪਣੀ ਜਿੱਥੇ ਸਰੀਰਕ ਤੰਦਰੁਸਤੀ ਦੀ ਜ਼ਰੂਰਤ ਹੈ ਉੱਥੇ ਮਾਨਸਿਕ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਅਜਹੀਆਂ ਘਟਨਾਵਾਂ ਨੂੰ ਆਪਣੇ ਆਪ ਤੋਂ ਹੀ ਰੋਕਿਆ ਜਾ ਸਕੇ ਸੋ ਅੱਜ ਦੇ ਪੰਜਾਬ ਬੋਲ ਦਾ ਦੇ ਵਿੱਚ ਬਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਰਦੀਪ ਸਿੰਘ ਨੂੰ ਦਿਓ ਜੀ ਆਗਿਆ ਧੰਨਵਾਦ